ਤਸਵੀਰਾਂ ਦੇ ਵਿੱਚ ਦੇਖ ਰਹੀਆਂ ਇਹ ਔਰਤਾਂ ਬਖਾਰੀਆਂ ਦੇ ਬੱਚੇ ਚੱਕ ਕੇ ਵੇਚ ਦਿੰਦੀਆਂ ਸੀ। ਇਹਨਾਂ ਦੇ ਵੱਲੋਂ ਕਈ ਬੱਚਿਆਂ ਨੂੰ ਚੁੱਕ ਕੇ ਵੇਚਿਆ ਗਿਆ ਏ, ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਕਈ ਚਿਰ ਤੋਂ ਭਾਲ ਸੀ ਤਾਂ ਪੁਲਿਸ ਨੇ ਨਾਕਾ ਲਗਾਇਆ। ਮੁਖਬਿਰ ਵੱਲੋਂ ਸੂਚਨਾ ਮਿਲੀ ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਵੱਡਾ ਪਰਦਾਫਾਸ਼ ਹੋਇਆ ਬੱਚਾ ਤਸਕਰੀ ਗਰੋਹ ਦਾ। ਤਸਵੀਰਾਂ ਦੇ ਵਿੱਚ ਦਿਖ ਰਹੀਆਂ ਇਹ ਔਰਤਾਂ ਝੁੱਗੀਆਂ ਦੇ ਵਿੱਚ ਜਾਂਦੀਆਂ ਸੀ ਅਤੇ ਉੱਥੋਂ ਬੱਚਿਆਂ ਨੂੰ ਚੁੱਕ ਕੇ, ਜਿਹੜੇ ਕਿ ਗਰੀਬਾਂ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਚੁੱਕ ਕੇ ਲੈ ਜਾਂਦੀਆਂ ਸੀ ਅਤੇ ਅਲੱਗ ਅਲੱਗ ਸ਼ਹਿਰ ਜਾ ਕੇ ਵੇਚ ਦਿੰਦੀਆਂ ਸੀ। ਜਿਸ ਤੋਂ ਬਾਅਦ ਕਈ ਬੱਚਿਆਂ ਨੂੰ ਇਹਨਾਂ ਨੇ ਅਗਵਾ ਕਰਕੇ ਵੇਚਿਆ ਅਤੇ ਕਈਆਂ ਨੂੰ ਭੀਖ ਮੰਗਣ 'ਤੇ ਲਾ ਦਿੱਤਾ। ਆਓ, ਸਾਡੇ ਨਾਲ ਸਾਡੇ ਸਹਿਯੋਗੀ ਮਨੋਜ ਰਾਠੀ ਮੌਜੂਦ ਨੇ, ਉਹਨਾਂ ਦੇ ਕੋਲੋਂ ਪੁਖਤਾ ਜਾਣਕਾਰੀ ਲੈਂਦੇ ਹਾਂ, ਉਸ ਤੋਂ ਬਾਅਦ ਸੁਣਾਂਗੇ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਇਸ ਉੱਪਰ ਕੀ ਬਿਆਨ ਹੈ। ਮੋਹਾਲੀ ਜ਼ਿਲ੍ਹੇ ਦੀ ਬਲੌਂਗੀ ਪੁਲਿਸ ਨੇ ਇੱਕ ਬੱਚਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਹੁਣ ਤੱਕ ਦੀ ਜਾਣਕਾਰੀ ਮਿਲੀ ਹੈ, ਦੋ ਮਹਿਲਾਵਾਂ ਨੂੰ ਕਾਬੂ ਕੀਤਾ ਹੈ, ਜੋ ਕਿ ਸੁਰਿੰਦਰ ਕੌਰ ਕਾਲਾ ਅੰਬ ਦੀ ਰਹਿਣ ਵਾਲੀ ਹੈ, ਦੂਜੀ ਦਰਸ਼ਨਾ ਰਾਣੀ ਬਲਟਾਣਾ ਜ਼ੀਰਕਪੁਰ ਦੀ ਰਹਿਣ ਵਾਲੀ ਹੈ, ਜਿਨ੍ਹਾਂ ਨੂੰ ਬਲੌਂਗੀ ਪੁਲ ਤੋਂ ਕਾਬੂ ਕੀਤਾ ਹੈ। ਦੋ ਮਹੀਨੇ ਦਾ ਬੱਚਾ ਵੀ ਇਹਨਾਂ ਕੋਲੋਂ ਰਿਕਵਰ ਕੀਤਾ ਹੈ। ਹੁਣ ਤੱਕ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੇ ਦਿੱਤੀ ਹੈ ਕਿ ਇੱਕ ਵੱਡਾ ਗੈਂਗ ਕੰਮ ਕਰ ਰਿਹਾ, ਜੋ ਕਿ ਬੱਚਿਆਂ ਦੀ ਤਸਕਰੀ ਕਰਦਾ ਔਰ ਉਹਨਾਂ ਤੋਂ ਜਿਹੜੀ ਬੈਗਰ ਕਰਾਉਂਦਾ, ਉਹਨਾਂ ਤੋਂ ਭੀਖ ਮੰਗਵਾਉਂਦਾ ਹੈ ਜਾਂ ਫਿਰ ਹੋਰ ਵੀ ਕਈ ਚੀਜ਼ਾਂ 'ਚ ਲਾ ਕੇ ਇਹ ਪੂਰਾ ਨੈਕਸਸ ਚੱਲ ਰਿਹਾ। ਹਾਲਾਂਕਿ ਇੱਕ ਹੋਰ ਲੁਧਿਆਣਾ ਦੀ ਗੁਰਿੰਦਰ ਕੌਰ, ਉਹ ਵੀ ਇਸ ਪੂਰੇ ਮਾਮਲੇ 'ਚ ਸ਼ਾਮਿਲ ਹੈ, ਜਿਸ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਮੁਤਾਬਿਕ ਇਸ ਪੂਰੇ ਵੱਡੇ ਗਰੋਹ 'ਚ ਕਾਫੀ ਦਿਨਾਂ ਤੋਂ ਇੱਕ ਵੱਡੀ ਤਸਕਰੀ ਦਾ ਖੁਲਾਸਾ ਕੀਤਾ ਜਾ ਰਿਹਾ ਔਰ ਜੋ ਕਿ ਇਹਨਾਂ ਤੋਂ ਪੁੱਛਗਿੱਛ ਹੋਇਆ ਕਿ ਕਿਸ ਤਰ੍ਹਾਂ ਇਹ ਬੱਚਾ ਤਸਕਰੀ ਕਰਦੇ ਸੀ, ਕਿਸ ਤਰ੍ਹਾਂ ਇਹ ਚੋਰੀ ਕਰਦੇ ਸੀ ਜਾਂ ਫਿਰ ਕਿਸੇ ਗਰੀਬ ਪਰਿਵਾਰ ਤੋਂ ਚੁੱਕ ਕੇ ਅੱਗੇ ਵੇਚਦੇ ਵੀ ਸੀਗੇ ਜਾਂ ਉਹਨਾਂ ਨੂੰ ਭੀਖ ਮੰਗਵਾਉਂਦੇ ਸੀਗੇ। ਇੱਕ ਵੱਡਾ ਗਿਰੋਹ ਕਹਿ ਸਕਦੇ ਹੈ ਕਿ ਜਿਸ ਨੂੰ ਕਾਬੂ ਕੀਤਾ ਹੈ ਔਰ ਜਿਹੜੀ ਵੀ ਮਹਿਲਾਵਾਂ ਇਹ ਕਾਬੂ ਕੀਤੀ, ਇਹਨਾਂ ਤੋਂ ਪੁੱਛਗਿੱਛ ਕਈ ਚੀਜ਼ਾਂ ਦਾ ਖੁਲਾਸਾ ਹੋਇਆ। ਇਹ ਕਿੱਥੋਂ ਬੱਚਾ ਲੈ ਕੇ ਆਈ ਸੀ, ਕਿੱਥੋਂ ਅੱਗੇ ਦੇਣਾ ਸੀਗਾ, ਕਿਸ ਤਰ੍ਹਾਂ ਦੀ ਪੂਰਾ ਇਹਨਾਂ ਦਾ ਮੋਡਸ ਆਪਰੈਂਡੀ ਹੁੰਦਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਇੱਕ ਸੀਕਰੈਟ ਇਨਫੋਰਮੇਸ਼ਨ ਸੀ, ਪੁਲਿਸ ਨੇ ਨਾਕਾ ਲਾਇਆ ਸੀਗਾ ਔਰ ਬਲੌਂਗੀ ਪੁਲ ਦੇ ਬਿਲਕੁਲ ਨਾਲ ਇਹਨਾਂ ਨੂੰ ਕਾਬੂ ਕੀਤਾ ਔਰ ਬੱਚਾ ਇਹਨਾਂ ਦੇ ਕੋਲ ਉਸ ਸਮੇਂ ਮੌਜੂਦ ਸੀਗਾ। ਹਾਲਾਂਕਿ ਇਹ ਸੈਟਿਸਫਾਈ ਜਵਾਬ ਨਹੀਂ ਦੇ ਪਾਈ, ਜਿਸ ਕਰਕੇ ਇਹਨਾਂ ਨੂੰ ਪੁਲਿਸ ਸਟੇਸ਼ਨ ਲਾਇਆ ਗਿਆ ਔਰ ਪੁਲਿਸ ਸਟੇਸ਼ਨ ਲਿਜਾ ਕੇ ਜਦ ਪੁੱਛਗਿੱਛ ਹੋਈ ਤਾਂ ਇਹਨਾਂ ਨੇ ਵੱਡੇ ਖੁਲਾਸੇ ਕੀਤੇ ਕਿ ਕਿਸ ਤਰ੍ਹਾਂ ਇਹ ਬੱਚਾ ਤਸਕਰੀ ਕਰਦੇ ਸੀ, ਹੋਰ ਕੌਣ ਕੌਣ ਇਹਦੇ ਵਿੱਚ ਸ਼ਾਮਿਲ ਹੈ। ਲੁਧਿਆਣਾ ਦਾ ਕਨੈਕਸ਼ਨ ਇਹਦੇ ਵਿੱਚ ਬਹੁਤ ਸਾਹਮਣੇ ਆ ਰਿਹਾ, ਜਿਸ ਨੂੰ ਲੈ ਕੇ ਹੁਣ ਇੱਕ ਹੋਰ ਕਾਬੂ ਕੀਤੀ ਗਈ ਹੈ, ਉਹਨੂੰ ਵੀ ਰਿਮਾਂਡ ਲਿਆ ਗਿਆ। ਉਹਦਾ ਰਿਮਾਂਡ ਦੌਰਾਨ ਕਈ ਖੁਲਾਸੇ ਸਾਹਮਣੇ ਆ ਰਹੇ ਕਿ ਕਿਉਂਕਿ ਕਿਸ ਤਰ੍ਹਾਂ ਇਹ ਪੰਜਾਬ 'ਚ ਪੂਰਾ ਨੈਕਸਸ ਚੱਲ ਰਿਹਾ ਸੀਗਾ ਬੱਚਾ ਤਸਕਰੀ ਦਾ, ਔਰ ਛੋਟੇ ਛੋਟੇ ਬੱਚੇ 15 ਦਿਨ ਦਾ, 20 ਦਿਨ ਦਾ, ਮਹੀਨੇ ਦਾ, ਇੱਕ ਉਹਨਾਂ ਨੂੰ ਲੱਭਦੇ ਸੀਗੇ ਔਰ ਉਸ ਤੋਂ ਬਾਅਦ ਅੱਗੇ ਸਪਲਾਈ ਕਰਦੇ ਸੀ। ਇਹ ਬਹੁਤ ਵੱਡਾ ਇੱਕ ਗੈਂਗ ਹੈ, ਜਿਸ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਹੋਰ ਵੀ ਕਈ ਵੱਡੇ ਖੁਲਾਸੇ ਇਸ ਪੂਰੇ ਮਾਮਲੇ 'ਚ ਲਗਾਤਾਰ ਸਾਹਮਣੇ ਆ ਰਹੇ। ਮੋਹਾਲੀ ਤੋਂ ਕੈਮਰਾਮੈਨ ਸੁਖਜਿੰਦਰ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਬੇਸਿਕਲੀ ਵੀ ਮਾਨਵ ਤਸਕਰੀ ਦੇ ਗਰੋਹ ਦੀਆਂ ਦੋ ਮੈਂਬਰਸ, ਗਰੋਹ ਜੋ ਕਿ ਬੱਚਿਆਂ ਨੂੰ ਅਗਵਾ ਕਰਕੇ ਬੱਚਿਆਂ ਤੋਂ ਭੀਖ ਮੰਗਣ ਦੀ ਮੰਸ਼ਾ ਜਾਂ ਉਹਨਾਂ ਨੂੰ ਅੱਗੇ ਵੇਚਣ ਦੀ ਮੰਸ਼ਾ ਨਾਲ ਜੋ ਉਸ ਕ੍ਰਾਈਮ 'ਚ ਇਨਵੋਲਵ ਸੀ, ਉਸ ਦੀਆਂ ਦੋ ਮੈਂਬਰ ਸੁਰਿੰਦਰ ਕੌਰ ਵਾਸੀ ਕਾਲਾ ਅੰਬ ਅਤੇ ਦਰਸ਼ਨਾ ਰਾਣੀ ਵਾਸੀ ਬਲਟਾਣਾ, ਉਹਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਦੋ ਮਹੀਨੇ ਦਾ ਜੋ ਬੱਚਾ ਉਹ ਬਰਾਮਦ ਕੀਤਾ ਗਿਆ। ਥਾਣਾ ਬਲੌਂਗੀ ਵਿਖੇ ਮੁਕੱਦਮਾ ਨੰਬਰ 222 ਮਿਤੀ 12/12/2023 ਅੰਡਰ ਸੈਕਸ਼ਨ 374/363/363A/120B IPC ਇਹਨਾਂ ਦੇ ਖਿਲਾਫ਼ ਦਰਜ ਰਜਿਸਟਰ ਕੀਤਾ ਗਿਆ ਅਤੇ ਇਹਨਾਂ ਦੀ ਜੋ ਮਾਣਯੋਗ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜੀ।
ਸਰ ਕੋਈ ਹੋਰ ਵੀ ਇਹਨਾਂ ਨਾਲ ਅਟੈਚ ਹੈ, ਲੇਡੀਜ਼ ਵਗੈਰਾ ਕੋਈ ਹੋਰ ਅੱਗੇ? ਹਾਂਜੀ, ਮੁੱਢਲੇ ਤੌਰ 'ਤੇ ਇਹਨਾਂ ਦੀ ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਬੱਚਾ ਇਹ ਇੱਕ ਗੁਰਵਿੰਦਰ ਕੌਰ ਉਰਫ ਗੁਰਲੀਨ ਕੌਰ ਦੀ ਲੇਡੀ ਹੈਗੀ ਹੈ ਜੋ ਲੁਧਿਆਣੇ ਦੀ ਰਹਿਣ ਵਾਲੀ ਹੈ। ਉਸ ਪਾਸੋਂ ਇਹ ਉਹ ਇਹਨਾਂ ਦੇ ਨਾਲ ਇਸ ਸਾਰੇ ਉਸ ਗਰੋਹ ਦੀ ਇੱਕ ਮੈਂਬਰ ਸੀਗੀ, ਉਹ ਇਹਨਾਂ ਨਾਲ ਸ਼ਾਮਿਲ ਸੀ। ਉਸਨੂੰ ਨਾਮਜ਼ਦ ਕਰਕੇ ਉਸਨੂੰ ਵੀ ਅਰੈਸਟ ਕਰ ਲਿਆ ਗਿਆ। ਉਸ ਦਾ ਵੀ ਮਾਣਯੋਗ ਅਦਾਲਤ ਪਾਸੋਂ 4 ਦਿਨ ਦਾ ਪੁਲਿਸ ਰਿਮਾਂਡ ਜੋ ਹਾਸਲ ਕੀਤਾ ਗਿਆ। ਸਰ ਕੋਈ ਬੈਕਗ੍ਰਾਊਂਡ ਹਿਸਟਰੀ ਵੀ ਨਿਕਾਹ ਜਾਈ? ਫਿਲਹਾਲ ਜੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਇਜ਼ ਦੈਟ ਇਨ ਪ੍ਰੀਲਿਮਨਰੀ ਸਟੇਜ ਅਸੀਂ ਸਾਰੇ ਜਿਹੜੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਨੇ, ਕਿੱਥੋਂ ਇਹ ਸਾਰਾ ਰੈਕਡ ਚੱਲ ਰਿਹਾ ਸੀਗਾ, ਹੋਰ ਇਹਨਾਂ ਦੇ ਗਰੋਹ ਦੇ ਮੈਂਬਰ ਅੱਗੇ ਇਹਨਾਂ ਦੇ ਫਾਰਵਰਡ ਲਿੰਕੇਜਸ, ਕਿੱਥੇ ਇਹ ਬੱਚੇ ਅੱਗੇ ਭੇਜਦੀਆਂ ਸੀ, ਸਪਲਾਈ ਕਰਦੀਆਂ ਸੀ ਜਾਂ ਵੇਚਦੀਆਂ ਸੀਗੀਆਂ, ਉਹ ਸਾਰੀਆਂ ਚੀਜ਼ਾਂ ਹਜੇ ਦੌਰਾਨੇ ਇਨਵੈਸਟੀਗੇਸ਼ਨ ਸਾਹਮਣੇ ਆਉਣਗੀਆਂ।